ਤਾਂ CYSSS ਦੇ ਜਿਹੜੇ ਲੀਡਰ ਨੇ ਉਹ ਮੁੱਖ ਮੰਤਰੀ ਭਗਵੰਤ ਮਾਨ ਨੂੰ ਮਿਲਣ ਵਾਸਤੇ ਪਹੁੰਚੇ ਨੇ। ਬੀਤੇ ਦਿਨੀ PU ਦੇ ਵਿੱਚ ਚੋਣ ਦਰਮਿਆਨ ਵੱਡੀ ਜਿੱਤ ਹੋਈ। ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਥੇਰ ਵੀ ਇਹਨਾਂ ਨੌਜਵਾਨਾਂ ਨਾਲ ਦਿਖਾਈ ਦਿੱਤੇ। ਸੋ ਨੌਜਵਾਨ ਲੀਡਰਸ਼ਿਪ ਹੈ ਜਿਸ ਨੇ ਆਪਣੀ ਸ਼ੁਰੂਆਤ ਪੰਜਾਬ ਯੂਨੀਵਰਸਿਟੀ ਤੋਂ ਕੀਤੀ ਹੈ। ਵੱਡੀ ਗਿਣਤੀ ਵਿੱਚ ਜਿਹੜਾ ਹਾ ਪੱਖੀ ਹੁੰਗਾਰਾ ਉਹ ਆਮ ਆਦਮੀ ਪਾਰਟੀ ਦੇ ਇਸ ਸਟੂਡੈਂਟ ਵਿੰਗ ਨੂੰ ਮਿਲਿਆ, ਜਿਸ ਤੋਂ ਬਾਅਦ ਵੱਡੇ ਪੱਧਰ 'ਤੇ ਉੱਤਰ ਭਾਰਤ ਅਤੇ ਗੁਜਰਾਤ ਹਿਮਾਚਲ ਚੋਣ ਦੀ ਇਸਦੀ ਚਰਚਾ ਹੋ ਰਹੀ ਹੈ। ਸੋ ਮੁੱਖ ਮੰਤਰੀ ਭਗਵੰਤ ਮਾਨ ਨੂੰ ਮਿਲਣ ਵਾਸਤੇ ਪਹੁੰਚੇ ਨੇ। ਕੈਬਨਿਟ ਮੰਤਰੀ ਮੀਥੇਰ ਉਹਨਾਂ ਨਾਲ ਹਾਜ਼ਰ ਦਿਖਾਈ ਦਿੱਤੇ। PU ਦੀਆਂ ਚੋਣਾਂ ਦਰਮਿਆਨ ਵੱਡੀ ਜਿੱਤ ਤੋਂ ਬਾਅਦ ਪਹਿਲੀ ਮੁਲਾਕਾਤ CYSS ਦੇ ਲੀਡਰਾਂ ਦੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਰਸਮੀ ਹੋਣ ਜਾ ਰਹੀ ਹੈ। ਇੱਥੋਂ ਇੱਕ ਬਹੁਤ ਵੱਡਾ ਮੈਸੇਜ ਪੰਜਾਬ ਯੂਨੀਵਰਸਿਟੀ ਤੋਂ ਪੂਰੇ ਦੇਸ਼ ਦੇ ਵਿੱਚ ਗਿਆ। ਇੱਥੋਂ ਦੇ ਜਿਹੜੇ ਨੌਜਵਾਨ ਸਟੂਡੈਂਟ ਨੇ ਉਹਨਾਂ ਨੇ ਬੜਾ ਕਲੀਅਰ ਮੈਸੇਜ ਜਿਹੜਾ ਦਿੱਤਾ CYSS ਨੂੰ ਜਿਤਾ ਕੇ ਕਿ ਜਿਹੜਾ ਅੱਜ ਦੇਸ਼ ਦਾ ਨੌਜਵਾਨ ਹੈ ਉਹ ਜਿਹੜੀ ਮੋਦੀ ਜੀ ਦੀ ਪਾਰਟੀ ਦੀ ਆਈਡੀਓਲੋਜੀ ਹੈ, ਜਿਹੜੀ RS ਦੀ ਆਈਡੀਓਲੋਜੀ ਹੈ, ਜਿਹੜੀ ਦੇਸ਼ ਨੂੰ ਵੰਡਣ ਦੀ ਰਾਜਨੀਤੀ ਹੈ ਧਰਮਾਂ ਅਤੇ ਜਾਤਾਂ ਦੇ ਨਾਂ 'ਤੇ, ਕਿ ਅੱਜ ਦੇਸ਼ ਦਾ ਨੌਜਵਾਨ ਉਸ ਰਾਜਨੀਤੀ ਨੂੰ ਰਿਜੈਕਟ ਕਰਦਾ ਅਤੇ ਜਿਹੜੀ ਆਮ ਆਦਮੀ ਪਾਰਟੀ ਦੀ ਅਰਵਿੰਦ ਕੇਜਰੀਵਾਲ ਜੀ ਦੀ ਭਗਵੰਤ ਮਾਨ ਜੀ ਦੀ ਆਈਡੀਓਲੋਜੀ ਹੈ, ਜਿਹੜੀ ਸੋਚ ਹੈ ਕਿ ਸੈਕੂਲਰ, ਕਿ ਸੰਵਿਧਾਨ 'ਚ ਵਿਸ਼ਵਾਸ ਰੱਖਣ ਵਾਲੀ, ਭਗਤ ਸਿੰਘ ਜੀ ਦੀ ਸੋਚ 'ਤੇ ਚੱਲਣ ਵਾਲੀ, ਉਸ ਆਈਡੀਓਲੋਜੀ 'ਤੇ ਦੇਸ਼ ਦੇ ਨੌਜਵਾਨ ਨੇ ਜਿਹੜੀ ਹੈ ਉਹ ਮੋਹਰ ਲਾਈ ਹੈ। ਜਿਹੜੇ ਪਹਿਲਾਂ ਰਹੇ ਹੈ ਪ੍ਰਧਾਨ, ਉਹਨਾਂ ਨੇ ਆਪਣੇ ਮੈਨੀਫੈਸਟੋ ਕਦੇ ਵੀ ਜਿਹੜੀ ਸਟੂਡੈਂਟਾਂ ਦੀ ਮੰਗ ਸੀ ਅੱਜ ਤੱਕ ਕਦੇ ਪੂਰੀ ਨਹੀਂ ਕੀਤੀ। ਹਰ ਵਾਰ ਉਹੀ ਸੇਮ ਮੈਨੀਫੈਸਟੋ ਉਹਨਾਂ ਨੇ ਕਾਪੀ ਪੇਸਟ ਕਰਕੇ ਪ੍ਰਿੰਟ ਕਰਕੇ ਉਹੀ ਰਿਲੀਜ਼ ਕੀਤਾ ਹਰ ਵਾਰ। ਆਪਾਂ ਜਿਹੜੇ ਛੋਟੇ ਮੋਟੇ ਕੰਮ ਉਹ ਤਾਂ ਪੂਰਾ ਸਾਲ ਕਰਾਂਗੇ, ਲੋਕਾਂ ਦੇ ਵਿੱਚ ਰਹਾਂਗੇ, ਹੋਸਟਲਾਂ ਦੇ ਵਿੱਚ ਰਹਾਂਗੇ, ਅਤੇ ਜਿਹੜੀ ਵੱਡੀ ਇੱਕ ਸਾਨੂੰ ਜ਼ਰੂਰਤ ਹੈ ਯੂਨੀਵਰਸਿਟੀ ਨੂੰ ਇਨਫਰਾਸਟ੍ਰਕਚਰ ਦੀ, ਹੋਸਟਲ ਦੀ, ਅਤੇ ਅੱਜ ਵੀ ਉਹਨਾਂ ਨੇ ਸਾਨੂੰ ਪੂਰੀ ਅਸ਼ੋਰੈਂਸ ਦਿੱਤੀ ਹੈ ਕਿ ਜਿੰਨਾ ਵੀ ਫੰਡ ਲੱਗੂਗਾ, ਕੋਈ ਇੱਕ ਪ੍ਰਿਸਕ੍ਰਾਈਬ ਕੋਈ ਅਮਾਊਂਟ ਨਹੀਂ, ਜਿੰਨਾ ਵੀ ਲੱਗੂਗਾ ਉਹ ਉਹਨਾਂ ਸਾਡੇ CM ਸਾਹਿਬ ਸਰਦਾਰ ਭਗਵੰਤ ਸਿੰਘ ਜੀ ਮਾਨ ਮੀਥੇਰ ਬਈ ਸਾਰੇ ਉਹ ਦੇਣ ਨੂੰ ਤਿਆਰ ਨੇ।